ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸੰਕੀਰਤਨ ਸਮਾਗਮ ਵਿੱਚ ਸ਼ਰਧਾਲੂ ਕ੍ਰਿਸ਼ਨ ਭਜਨਾਂ ਤੇ ਖੂਬ ਝੂਮੇ ਅਤੇ ਜੰਮ ਕੇ ਫੁੱਲਾਂ ਦੀ ਹੋਲੀ ਖੇਡੀ। ਇਸ ਦੌਰਾਨ ਇਮਾਮਬਾੜਾ ਬਾਜ਼ਾਰ ਵਿਖੇ ਸਥਿਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਵਿਖੇ ਵਰਿੰਦਾਵਨੋਂ ਵਰਗਾ ਮਾਹੌਲ ਬਣ ਗਿਆ। ਮਹਿਲਾ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਨੱਚ ਨੱਚ ਕੇ ਸਮਾਗਮ ਵਿੱਚ ਖੂਬ ਰੌਣਕਾਂ ਬੰਨੀਆਂ। ਦੱਸਣਯੋਗ ਹੈ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ 25 ਮਾਰਚ ਨੂੰ ਕਰਵਾਏ ਜਾ ਰਹੇ ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ ਸਮਾਗਮ ਵਿੱਚ ਸ਼ਰਧਾਲੂਆਂ ਦਾ ਹਜ਼ੂਮ ਜੁਟਾਉਣ ਲਈ ਵੱਖ ਵੱਖ ਇਲਾਕਿਆਂ ਵਿੱਚ ਸੰਕੀਰਤਨ ਸਮਾਗਮ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਬੀਤੀ ਦੇਰ ਸ਼ਾਮ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਟਰੱਸਟ ਦੇ ਸਹਿਯੋਗ ਨਾਲ ਮੰਦਿਰ ਵਿਖੇ ਭਜਨ ਸੰਧਿਆ ਕਰਵਾਈ ਗਈ ਜੋ ਦੇਰ ਰਾਤ ਤੱਕ ਚੱਲੀ। ਸ਼੍ਰੀ ਸਨਾਤਨ ਜਾਗਰਣ ਮੰਚ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਨਿਰੰਤਰ ਭਾਰਤ ਦੀ ਪੁਰਾਤਨ ਅਤੇ ਸਨਾਤਨ ਸੰਸਕ੍ਰਿਤੀ ਅਤੇ ਤਿਉਹਾਰਾਂ ਦੀ ਮਹੱਤਤਾ ਨੂੰ ਪੁਨਰ ਜਾਗਰਤ ਕਰਨ ਵਿੱਚ ਲੱਗੀ ਹੋਈ ਹੈ। ਹੋਲੀ ਨੂੰ ਸਮਰਪਿਤ 25 ਮਾਰਚ ਦਿਨ ਸੋਮਵਾਰ ਨੂੰ ਸ਼੍ਰੀ ਰਾਮ ਸ਼ਰਨ ਕਲੋਨੀ ਵਿਖੇ ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ ਸਮਾਗਮ ਕਰਵਾਇਆ ਜਾਵੇਗਾ ਜੋ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਨਾਲ ਹੀ ਧਾਰਮਿਕ ਰੀਤੀ ਅਨੁਸਾਰ ਹੋਲਿਕਾ ਦਹਨ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਕਾਰਜਕ੍ਰਮ ਸ਼੍ਰੀ ਸਨਾਤਨ ਜਾਗਰਣ ਮੰਚ ਕੀ ਤਰਫ ਸੇ ਵਿਸ਼ੇਸ਼ ਰੂਪ ਸੇ ਸ਼੍ਰੀ ਸ਼ਿਵਾਲਾ ਮੰਦਿਰ ਮੇਂ ਰੱਖਾ ਗਿਆ ਥਾ, ਜਿਸ ਕਾ ਉਦੇਸ਼ਯ ਥਾ ਕਿ ਜੋ ਹੋਲੀ ਕੇ ਸਤਸੰਗ ਚੱਲ ਰਹੇ ਹੈ ਹਮਾਰੇ 17 ਤਰੀਕ ਸੇ ਸਨਾਤਨ ਜਾਗਰਣ ਮੰਚ ਕੀ ਤਰਫ ਸੇ ਯੇ ਹੋਲੀ ਕੇ ਸਤਸੰਗ ਨਗਰ ਕੇ ਵਿਭਿੰਨ ਭਾਗੋਂ ਮੇਂ ਹੋ ਰਹੇ ਹੈ। ਇਸੀ ਸ਼੍ਰਿੰਖਲਾ ਮੇਂ ਆਜ ਕਾ ਜੋ ਸਨਾਤਨ ਸ਼੍ਰੀ ਸਨਾਤਨ ਜਾਗਰਣ ਮੰਚ ਕਾ 5ਵਾਂ ਸਤਸੰਗ ਸ਼੍ਰੀ ਸ਼ਿਵਾਲਾ ਮੰਦਿਰ ਮੇਂ ਥਾ, ਜਿਸ ਮੇਂ ਭਗਤੋਂ ਨੇ ਬਹੁਤ ਹੀ ਉਤਸਾਹ ਕੇ ਸਾਥ ਭਾਗ ਲਿਆ ਹੈ ਔਰ ਸਨਾਤਨ ਜਾਗਰਣ ਮੰਚ ਕੋ ਇਸੇ ਪ੍ਰੇਰਣਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਹੈ ਉਹ ਕਰਤਾ ਰਹੇ। ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ, ਅੱਜ ਉਸਦਾ 5ਵਾਂ ਪ੍ਰੋਗਰਾਮ 5ਵਾਂ ਸਤਸੰਗ ਸੀਗਾ ਜੋ ਕਿ ਸ਼ਿਵਾਲਾ ਮੰਦਿਰ ਮੇਨ ਬਾਜ਼ਾਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ 'ਚ ਉਤਸ਼ਾਹ ਦੇਖਿਆ ਗਿਆ, ਭਗਵਾਨ ਦੇ ਪ੍ਰਤੀ ਕਿੰਨਾ ਪਿਆਰ, ਲੋਕ ਝੂਮ ਉੱਠੇ ਠਾਕੁਰ ਜੀ ਦੇ ਭਜਨਾਂ ਦੇ ਉੱਤੇ। ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਨਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ ਹੋਲੀ ਦੇ ਉਪਲਕਸ਼ ਦੇ ਵਿੱਚ ਅਤੇ ਔਰ ਉਸ ਦੇ ਨਾਲ ਹੀ ਹੋਲੀਕਾ ਦਹਨ ਕੀਤਾ ਜਾਏਗਾ। ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ, ਉਸ ਤੋਂ ਬਾਅਦ ਹੋਲੀਕਾ ਦਹਨ ਮਨਾਇਆ ਜਾਏਗਾ। ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਝੂਮਦੇ ਆ ਉੱਦਾਂ ਹੀ ਝੂਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਵੇ ਕਾਰਜਕ੍ਰਮ, ਹੋਲੀ ਦਾ ਇੱਕ ਭਵੇ ਕਾਰਜਕ੍ਰਮ ਕੀਤਾ ਜਾ ਰਿਹਾ। ਹਰੇ ਕ੍ਰਿਸ਼ਨਾ। ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਿਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ, ਪੂਰੇ ਸ਼ਹਿਰ ਵਿੱਚ ਅੱਜ ਉਤਸਾਹ ਵੇਖਣ ਵਾਲਾ ਸੀ, ਸ਼ਹਿਰ ਦੇ ਮਤਲਬ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿੱਦਾਂ ਮਨਾਇਆ ਜਾਂਦਾ। ਸਾਡੇ ਸਮਾਜ ਨੂੰ ਮੈਸੇਜ ਆਉਂਦਾ ਕਿ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਹਾਂ ਕਿ ਸ਼ਾਇਦ ਥੋੜ੍ਹਾ ਜਿਹਾ ਤਿਉਹਾਰ ਜਿਹੜਾ ਕਿ ਲੋਕ ਖਰਾਬ ਕਰਦੇ, ਪਰ ਹੋਲੀ ਇਸ ਹਿਸਾਬ ਨਾਲ ਵੀ ਮਨਾਈ ਜਾ ਸਕਦੀ ਹੈ, ਪ੍ਰਭੂ ਦੇ ਰੰਗ 'ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ। ਪ੍ਰਭੂ ਦੀ ਲੀਲਾ ਜੀ, ਅੱਜ ਇੱਦਾਂ ਸਾਕਸ਼ਾਤ ਇੱਦਾਂ ਹੀ ਜਿੱਦਾਂ ਪ੍ਰਭੂ ਹੀ ਸਾਡੇ ਵਿੱਚ ਆ ਕੇ ਹੋਲੀ ਮਨਾ ਰਹੇ ਆ, ਅਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਛ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ। ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਰਨਮ ਕਲੋਨੀ ਵਿੱਚ ਵੀ ਇੱਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਅਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤੇ ਜਾਏਗਾ ਅਤੇ ਉੱਥੇ ਵੀ ਸਭ ਪਹੁੰਚਣ ਅਤੇ ਉਹਨੂੰ ਵੀ ਆਪਾਂ ਧੂਮਧਾਮ ਨਾਲ ਮਨਾਏਗਾ। ਜੈ ਸ਼੍ਰੀ ਕ੍ਰਿਸ਼ਨ।